hands up. ਆ ਵੇਖੋ ਕਿਵੇਂ ਹਸਪਤਾਲ ਦੇ ਵਿੱਚ ਦੋ ਧਿਰ ਥਪੜੋ ਥਪੜੀ ਹੋਏ ਨੇ ਤਾਂ ਬੱਚਿਆਂ ਦੀ ਲੜਾਈ ਨੇ ਇਹ ਖੂਨੀ ਰੂਪ ਧਾਰਨ ਕਰ ਲਿਆ। ਤਾਂ ਦੱਸ ਦੇ ਕਿ ਪਹਿਲਾਂ ਇਹਨਾਂ ਦੇ ਵੱਲੋਂ ਘਰ ਦੇ ਵਿੱਚ ਕੁੱਟਮਾਰ ਕਰਕੇ ਜ਼ਖਮੀ ਕੀਤਾ ਗਿਆ ਤਾਂ ਫਿਰ ਹਸਪਤਾਲ ਦੇ ਵਿੱਚ ਵੀ ਇਹ ਕੁੱਟਣ ਆ ਜਾਂਦੇ ਨੇ। ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹਸਪਤਾਲ ਨੂੰ ਇਹਨਾਂ ਦੇ ਵੱਲੋਂ ਜੰਗ ਦਾ ਮੈਦਾਨ ਬਣਾ ਦਿੱਤਾ ਗਿਆ ਹੈ। ਤਾਂ ਇੱਕ ਦੂਸਰੇ 'ਤੇ ਹਮਲਾ ਕਰਦੇ ਹੋਏ ਨਜ਼ਰ ਆ ਰਹੇ ਨੇ। ਤਾਂ ਦੱਸ ਦਈਏ ਕਿ ਮਾਮਲਾ ਲੁਧਿਆਣਾ ਦਾ, ਜਿੱਥੇ ਲੁਧਿਆਣੇ ਦੇ ਸਿਵਲ ਹਸਪਤਾਲ ਦੇ ਵਿੱਚ ਇਹ ਵੱਡੀ ਝੜਪ ਹੋਈ ਹੈ। ਤਾਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਦੋ ਧਿਰ ਆਹਮੋ ਸਾਹਮਣੇ ਹੋਏ ਨੇ ਅਤੇ ਸਿਵਲ ਹਸਪਤਾਲ ਦਾ ਇਹ ਵਾਰਡ ਇਹਨਾਂ ਦੇ ਵੱਲੋਂ ਜੰਗ ਦਾ ਮੈਦਾਨ ਬਣਾ ਦਿੱਤਾ ਗਿਆ। ਤਾਂ ਮੌਕੇ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਇਸ ਸੰਬੰਧੀ ਇੱਕ ਧਿਰ ਨੇ ਦੱਸਿਆ ਕਿ ਉਹਨਾਂ ਦੇ ਬੱਚਿਆਂ ਦੀ ਕਿਸੇ ਦੇ ਨਾਲ ਲੜਾਈ ਹੋ ਗਈ ਸੀ, ਜਿਸ ਤੋਂ ਬਾਅਦ ਇਸ ਚੀਜ਼ ਦਾ ਰਾਜ਼ੀਨਾਮਾ ਵੀ ਹੋ ਗਿਆ ਸੀ, ਪਰ ਫਿਰ ਤੋਂ ਉਹਨਾਂ ਦੇ ਵੱਲੋਂ ਇਹਨਾਂ ਦੇ ਪਰਿਵਾਰ 'ਤੇ ਹਮਲਾ ਕੀਤਾ ਗਿਆ ਅਤੇ ਜ਼ਖਮੀ ਕਰ ਦਿੱਤਾ ਗਿਆ। ਤਾਂ ਜਦ ਇਹ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਉਣ ਆਉਂਦੇ ਨੇ ਤਾਂ ਉਹਨਾਂ ਦੇ ਵੱਲੋਂ ਫਿਰ ਮੌਕੇ 'ਤੇ ਆ ਕੇ ਸਿਵਲ ਹਸਪਤਾਲ ਦੇ ਵਿੱਚ ਹੀ ਇਹਨਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਹੁਣ ਇਹ ਇਨਸਾਫ ਦੀ ਮੰਗ ਕਰ ਰਹੇ ਨੇ। ਤਾਂ ਦੱਸਦੇ ਕਿ ਲੁਧਿਆਣਾ ਦੇ ਹਸਪਤਾਲ ਦੇ ਵਿੱਚ ਇੱਕ ਵਾਰ ਫਿਰ ਤੋਂ ਲੜਾਈ ਝਗੜੇ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਦੋ ਧਿਰਾਂ ਦੇ ਵੱਲੋਂ ਇਸ ਨੂੰ ਜੰਗ ਦਾ ਮੈਦਾਨ ਬਣਾ ਦਿੱਤਾ ਗਿਆ। ਤਾਂ ਮੌਕੇ ਦੀਆਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਹੈ। ਹਾਂਜੀ, ਕੀ ਨਾਮ ਹੈ ਤੁਹਾਡਾ ਜੀ? ਅਜੇ ਕੁਮਾਰ। ਕਿਹੜੇ ਮਲੇ ਰਹੇ ਨੇ? ਨਿਊ ਯਾਦਨਗਰ। ਕੀ ਗੱਲਬਾਤ ਹੋਈ ਹੈ? ਗੱਲਬਾਤ ਇਹੀ ਹੈ ਸਰ, ਇਹਨਾਂ ਦੀ ਪਹਿਲਾਂ ਪੁਰਾਣੀ ਲੜਾਈ ਹੋਣੀ ਆ ਅਤੇ ਉਹਨਾਂ ਦਾ ਪੰਚਾਇਤੀ ਰਾਜ਼ੀਨਾਮਾ ਹੋਇਆ ਸੀ ਅਤੇ ਅੱਜ ਉਹਨਾਂ ਕਿਤੇ ਸੈਡ ਸੂਡ ਕਰਕੇ ਇਹਨਾਂ ਦੀ ਆਪਸੀ ਲੜਾਈ ਹੋਈ ਅਤੇ ਫਿਰ ਜਦੋਂ ਅਸੀਂ ਪਰਚਾ ਕਰਾਉਣ ਆਏ ਆ ਅਤੇ ਜਦੋਂ ਅਸੀਂ ਐਂਟਰੀ ਕੀਤੀ ਆ ਅਤੇ ਇਹਨਾਂ ਨੇ ਆਉਂਦੇ ਸਰ ਹੀ ਹੱਥੋਂ ਪਾਈ ਕਰਨ ਲੱਗ ਗਏ। ਹਾਂਜੀ, ਉਹ ਸੀਗੇ ਜੀ ਘੱਟੋ ਘੱਟ 7-8 ਜਣੇ। ਹਥਿਆਰ ਵੀ ਸੀ? ਹਥਿਆਰ ਤਾਂ ਸਰ ਹਥਿਆਰ ਨਹੀਂ ਸੀਗੇ, ਉਹਨਾਂ ਨੇ ਕੜੇ ਮਾਰੇ ਆ। ਪ੍ਰਸ਼ਾਸਨ ਤੋਂ ਇਹੀ ਮੰਗ ਆ ਕਿ ਵੀ ਛੇਤੀ ਤੋਂ ਛੇਤੀ ਇਨਸਾਫ ਕੀਤਾ ਜਾਵੇ। ਥਾਣਾ ਕਿਹੜਾ ਪੈਂਦਾ? ਥਾਣਾ ਡੱਬਾ ਜੀ। ਮੈਡਮ ਕੀ ਨਾਮ ਤੁਹਾਡਾ? ਮੇਰਾ ਨਾਮ ਹੈ ਅੰਜੂ। ਕਿਹੜੇ ਮੁਹੱਲੇ ਰਹਿੰਦੇ? ਕੀ ਗੱਲ? ਮੈਂ ਮਹਾਸਿੰਘ ਨਗਰ 'ਚ ਰਹਿੰਦੀ ਹਾਂ, ਮੇਰੀ ਸਿਸਟਰ ਰਹਿੰਦੀ ਹੈ ਗੁਰਮੇਲ ਨਗਰ 'ਚ, ਔਰ ਗੁਰਮੇਲ ਨਗਰ 'ਚ ਇਹਨਾਂ ਦੇ ਹੀ ਪੜੋਸੀਆਂ ਦੇ ਨਾਲ, ਮਤਲਬ ਇੱਕ ਗਲੀ ਛੱਡ ਕੇ ਹੈ, ਇਹਨਾਂ ਦੀ ਲੜਾਈ ਹੋ ਗਈ, ਜਿਹਦੇ ਵਿੱਚ ਬਹੁਤ ਜ਼ਿਆਦਾ ਸੱਟਾਂ ਮੇਰੀ ਭੈਣ ਦੇ ਲੱਗੀਆਂ ਨੇ, ਭਤੀਜੇ ਦੇ ਲੱਗੀਆਂ ਨੇ, ਛੋਟੇ ਬੇਟੇ ਦੇ, ਔਰ ਇਹਨਾਂ ਦੀ ਬੱਚਿਆਂ ਦੀ ਲੜਾਈ ਸੀ ਜੋ ਕਿ ਪੰਚਾਇਤੀ ਫੈਸਲਾ ਹੋ ਚੁੱਕਿਆ ਸੀ, ਲੇਕਿਨ ਇਹ ਅੱਜ ਦੀ ਜਿਹੜੀ ਲੜਾਈ ਹੈ ਇਹ ਸ਼ੜਯੰਤਰ ਰਚ ਕੇ ਬੱਚਿਆਂ 'ਤੇ ਹਮਲਾ ਕੀਤਾ ਗਿਆ, ਛੋਟੀ ਭੈਣ 'ਤੇ ਹਮਲਾ ਕੀਤਾ ਗਿਆ, ਮੇਰੇ ਦਿਓਰ 'ਤੇ ਹਮਲਾ ਕੀਤਾ ਗਿਆ, ਜੋ ਕਿ ਬਹੁਤ ਹੀ ਗਲਤ ਹੈ। ਔਰ ਘਰੋਂ ਤਾਂ ਹੋਇਆ ਸਿਵਲ ਹੋਸਪਿਟਲ 'ਚ ਜਦੋਂ ਪਰਚਾ ਕਰਵਾਉਣ ਆਏ ਆ, ਮੈਡੀਕਲ ਕਰਵਾਉਣ ਆਏ ਆ, ਦੂਸਰੀ ਪਾਰਟੀ ਨੇ ਉਹਨਾਂ ਦੀ ਇੰਨੀ ਖੁੱਲ੍ਹ ਉਹਨਾਂ ਨੂੰ ਸਰਕਾਰ ਵੱਲੋਂ ਮਿਲੀ ਹੋਈ ਹੈ ਕਿ ਉਹਨਾਂ ਨੇ ਸਿਵਲ ਹਸਪਤਾਲ ਦੇ ਅੰਦਰ ਵੀ ਹਮਲਾ ਕੀਤਾ। ਕਿੰਨੇ ਕੁ ਜਣੇ ਸੀਗੇ? ਇਹ ਤਕਰੀਬਨ 8-10 ਜਣਿਆਂ ਦਾ ਗਰੁੱਪ ਸੀਗਾ। ਕਿੰਨੇ ਕੁ ਹਥਿਆਰ ਵਗੈਰਾ ਵੀ ਸੀ ਕੋਈ ਇਹਨਾਂ ਦੇ ਕੋਲ? ਦੇਖੋ, ਮੈਂ ਮੌਕੇ 'ਤੇ ਨਹੀਂ ਸੀ, ਆਹ ਬੱਚੇ ਖੜ੍ਹੇ ਨੇ, ਇਹ ਤੁਹਾਨੂੰ ਪੂਰੀ ਗੱਲ ਦੱਸਣਗੇ। ਮੈਂ ਤਾਂ ਹੋਸਪਿਟਲ ਗੱਲ ਨੂੰ ਸੁਣ ਕੇ ਔਰ ਮੁਹੱਲੇ ਦੇ ਵਿੱਚ ਜੋ ਮੈਨੂੰ ਫੀਡਬੈਕ ਮੁਹੱਲੇ ਵਾਲਿਆਂ ਨੇ ਦਿੱਤਾ,
ਮੈਂ ਉਹ ਸਾਰਾ ਸੁਣ ਕੇ ਆਈ ਹਾਂ। ਔਰ ਜੋ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਕਿ ਇਹਨਾਂ ਦੇ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏ ਔਰ ਇਹਨਾਂ ਨੂੰ ਇਨਸਾਫ ਦਿੱਤਾ ਜਾਏ। ਦੇਖੋ ਬੱਚੇ ਹੈ, ਸਾਡੇ ਘਰ ਦੇ ਘੱਟ ਤੋਂ ਘੱਟ 4 ਤੋਂ 5 ਮੈਂਬਰ ਨੂੰ 4 ਤੋਂ 5 ਮੈਂਬਰ ਨੂੰ ਸੱਟਾਂ ਲੱਗੀਆਂ, ਜਿਹਦੇ ਵਿੱਚੋਂ ਜ਼ਿਆਦਾ ਸੀਰੀਅਸ ਵਿੱਕੀ, ਵਿਕਾਸ, ਕੁਮਾਰ ਸਿੰਘ, ਲਲਿਤ ਔਰ ਵੀਰੇਂਦਰ ਔਰ ਰੰਜੂ ਬਾਲਾ ਹੈ।